ਫਤਿਹਗੜ੍ਹ ਸਾਹਿਬ ਵਿਖੇ ਵੱਖ-ਵੱਖ ਇਲਾਕਿਆਂ ਵਿੱਚ ਪਾਣੀਆਂ ਦੀ ਟੈਂਕੀਆਂ ਤੇ ਪਿਛਲੇ ਕਰੀਬ 10-15 ਸਾਲਾਂ ਤੋਂ ਮੁਲਾਜ਼ਮ ਡਿਊਟੀ ਨਿਭਾ ਰਹੇ ਸੀ। ਉਹਨਾਂ ਨੂੰ ਵਿਭਾਗ ਦੇ ਐਕਸ਼ਨ ਵੱਲੋਂ ਬਿਨਾਂ ਨੋਟਿਸ ਦਿੱਤੇ ਹਟਾ ਦਿੱਤਾ ਗਿਆ ਹੈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਸਰਕਾਰ ਦੇ ਇਸ ਲੋਕ ਵਿਰੋਧੀ ਫੈਸਲੇ ਖਿਲਾਫ ਮੁਲਾਜ਼ਮਾਂ ਵੱਲੋਂ ਕਾਰਜਕਾਰੀ ਇੰਜੀਨੀਅਰ ਵੱਲੋਂ ਧਰਨਾ ਦਿੱਤਾ ਗਿਆ। ਇਸ ਦੌਰਾਨ ਸੂਬਾ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਸਾਡੇ ਜਿਹੜੇ ਵਰਕਰ ਸੀਗੇ ਉਹ 8-8 10-10 ਸਾਲਾਂ ਤੋਂ ਕੰਮ ਕਰਦੇ ਸੀਗੇ ਜੀ। ਉਹਨਾਂ ਨੂੰ ਹੁਣ ਪਹਿਲਾਂ 3 ਕੱਢੇ ਸੀਗੇ ਜੀ, 5 ਕੱਲ੍ਹ ਕੱਢ ਕੇ ਉਹਨਾਂ ਨੂੰ ਫਾਰ ਕਰਤਾ ਜੀ। ਯਾਨੀ ਕਿ ਐਕਸ਼ਨ ਸਾਹਿਬ ਵੱਲੋਂ ਇਹੀ ਹਦਾਇਤ ਹੁੰਦੀ ਹੈ ਜੀ, ਫੋਨ 'ਤੇ ਵੀ ਗੱਲ ਕਰਦੇ ਹਾਂ ਵੀ ਸਾਨੂੰ ਉੱਪਰੋਂ ਨਾ ਸਰਕਾਰ ਦਾ ਯਾਨੀ ਕਿ MLA ਦਾ ਪ੍ਰੈਸ਼ਰ ਹੈ ਕਿ ਜਿਹੜੇ ਵਰਕਰ ਨੇ ਉਹ ਸਾਡੇ ਹੀ ਰੱਖੇ ਜਾਣ। ਜਦੋਂ ਸਾਡੀ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਕੋਈ ਵੀ ਬੰਦਾ ਇੱਥੋਂ ਨਹੀਂ ਕੱਢਿਆ ਜਾਵੇਗਾ, ਜੇ ਕੋਈ ਕੱਢਿਆ ਜਾਵੇਗਾ ਅਸੀਂ ਤੁਹਾਨੂੰ 7 ਦਿਨ ਦਾ ਨੋਟਿਸ ਦੇਵਾਂਗੇ ਉਹ ਬੰਦੇ ਨੂੰ। ਜਿਹੜੇ ਇਹਨਾਂ ਦੇ ਉਹ ਕਹਿੰਦੇ ਸਾਡੀ ਵੋਟਾਂ ਦੇ ਵਿੱਚ ਮਦਦ ਕੀਤੀ ਹੈ, ਅਸੀਂ ਉਹਨਾਂ ਨੂੰ ਲਾਉਣਾ ਜਿਹੜੇ ਪਹਿਲਾਂ ਦੇ ਬੰਦੇ ਲੱਗੇ ਨੇ, ਅਸੀਂ ਕੋਈ ਨਹੀਂ ਰੱਖਣਾ। ਯਾਰ ਇੱਥੋਂ ਹੀ ਚੱਲਦਾ ਜੀ, ਟੈਂਕੀ ਤੋਂ ਹੀ ਚੱਲਦਾ, ਸਾਡੀ ਪੜ੍ਹਾਈ ਵੀ ਬੱਚਿਆਂ ਦੀ ਟੈਂਕੀ ਤੋਂ ਹੋ ਰਹੀ ਹੈ, ਹੋਰ ਸਾਰਾ ਖਾਣ ਪੀਣ ਦਾ ਵੀ ਟੈਂਕ ਇੱਥੋਂ ਹੀ ਚੱਲ ਰਿਹਾ, ਹੋਰ ਕੋਈ ਵੀ ਸਾਡਾ ਰੁਜ਼ਗਾਰ ਨਹੀਂ ਹੈ, ਔਰ ਇਹ ਸਾਨੂੰ ਬਿਨਾਂ ਕਿਸੇ ਗੱਲ ਤੋਂ ਹੀ ਕੱਢ ਰਹੇ ਨੇ। ਕੰਮ ਠੀਕ ਕਰ ਰਹੇ ਹਾਂ ਜੀ, ਮੈਂ ਬਿਲਕੁਲ ਸਹੀ ਕੰਮ ਚੱਲ ਰਿਹਾ ਮੇਰਾ ਜੀ। ਇਹਨਾਂ ਨੇ ਮੈਨੂੰ ਕੋਟੇਸ਼ਨ ਲਵਾ ਲਈ ਜੀ ਕਿਸੇ ਹੋਰ ਬੰਦੇ ਦੀ 7,000 ਰੁਪਏ ਦੀ, ਮੇਰੀ ਕਹਿੰਦੇ ਕੋਟੇਸ਼ਨ ਤੇਰੀ ਘੱਟ, ਉਹਨਾਂ ਦੇ ਘੱਟ ਰੇਟ 'ਤੇ ਕਰਕੇ ਮੇਰੀ ਕੱਟਤਾ ਜੀ ਮੈਨੂੰ। ਅਸੀਂ ਕਿਹਾ ਸੀ ਵੀ ਜਿਹੜੇ ਸਰਕਾਰ ਚਿੱਠੀ ਜਾਰੀ ਕੀਤੀ ਆ, ਜਿਹੜੇ ਸਾਡੀ SC ਲੁਧਿਆਣੇ ਪਟਿਆਲੇ ਦੇ ਨਾਲ ਮੀਟਿੰਗ ਹੋਈ ਸੀ ਅਤੇ ਜ਼ਿਲ੍ਹੇ ਪੱਧਰ 'ਤੇ ਸਾਡੀ ਦੁਬਾਰਾ ਫਿਰ ਮੀਟਿੰਗ ਹੋਈ, ਉਹ ਮੀਟਿੰਗ ਦੇ ਵਿੱਚ SC ਨੇ ਕਿਹਾ ਵੀ ਤੁਹਾਡੇ ਵਰਕਰ ਨੂੰ ਕਿਸੇ ਦਿਨ ਕੱਢਣ ਜਾਊਗਾ, ਸਾਨੂੰ ਭਰੋਸਾ ਦਿੱਤਾ। ਫਿਰ ਸਾਡੇ ਐਕਸ਼ਨ 'ਚ ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਸਾਨੂੰ ਐਕਸ਼ਨ ਨੇ ਕਿਹਾ ਵੀ ਤੁਹਾਡਾ ਵਰਕਰ ਕੋਈ ਕੱਢਣ ਜਾਊਗਾ, ਪਰ ਐਕਸ਼ਨ ਨੇ ਸਾਨੂੰ ਆਪ ਸ਼ਰਤ ਦਿੱਤੀ, ਸਾਨੂੰ ਕਿਹਾ ਸੀ ਵੀ ਤੁਹਾਡੇ ਵਰਕਰ ਨੂੰ ਕਿਸੇ ਨੂੰ 1 ਹਫ਼ਤੇ ਦਾ ਨੋਟ ਦੇਵਾਂਗੇ ਜੇ ਕੱਢਾਂਗੇ। ਇਹਨਾਂ ਬਿਨਾਂ ਨੋਟ ਤੋਂ ਦਿੱਤੇ ਹੋਏ ਸਾਡੇ ਵਰਕਰ ਨੂੰ ਘਰ ਨੂੰ ਤੋੜਤਾ, ਜੇ ਸਾਡੇ ਵਰਕਰ ਨਾ ਬਹਾਲ ਕੀਤਾ। ਅਸੀਂ ਕੱਲ੍ਹ 17 ਤਰੀਕ ਨੂੰ ਵੱਖ-ਵੱਖ ਬ੍ਰਾਂਚਾਂ ਦੇ ਵਿੱਚ ਜਾ ਕੇ ਵੀ ਅਰਥੀ ਮੁਜ਼ਾਹਰੇ ਫੂਕਾਂਗੇ। 30 ਤਰੀਕ ਨੂੰ ਅਸੀਂ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਤੋਂ ਪਰਿਵਾਰਾਂ ਸਮੇਤ ਇੱਥੇ ਰੈਲੀ ਕੱਢਾਂਗੇ। ਜੇ ਸਾਡੇ ਵਰਕਰ ਨਾ ਰੱਖਿਆ ਗਿਆ ਅਸੀਂ ਆਉਣ ਵਾਲਾ ਸਮਾਂ ਤਿੱਖਾ ਸੰਘਰਸ਼ ਕਰਾਂਗੇ।